ਤਲਵੰਡੀ ਸਾਬੋ ਦੀ ਤਰ੍ਹਾਂ ਹੀ ਅੰਮ੍ਰਿਤਸਰ ਦੇ ਵਿੱਚ ਵੀ ਹਰਿਮੰਦਰ ਸਾਹਿਬ ਦੇ ਵਿੱਚ ਵਿਸਾਖੀ ਦੇ ਮੌਕੇ ਕਾਫੀ ਜ਼ਿਆਦਾ ਰੌਣਕ ਰਹੀ ਹੈ। ਇਸ ਮੌਕੇ ਸ਼ਰਧਾਲੂਆਂ ਨੇ ਪਵਿੱਤਰ ਸਰੋਵਰ ਦੇ ਵਿੱਚ ਡੁਬਕੀ ਲਗਾ ਕੇ ਇਸ਼ਨਾਨ ਕੀਤਾ ਅਤੇ ਸਿੱਖੀ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ। ਸਨ 1699 ਦੇ ਵਿੱਚ ਵਿਸਾਖੀ ਵਾਲੇ ਦਿਨ ਸਿੱਖਾਂ ਦੇ 10ਵੇਂ ਗੁਰੂ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਦੀ ਸਥਾਪਨਾ ਕਰਦੇ ਹੋਏ ਪੰਜ ਸਿੰਘਾਂ ਨੂੰ ਅੰਮ੍ਰਿਤਪਾਨ ਕਰਵਾਇਆ ਅਤੇ ਖੁਦ ਵੀ ਉਹਨਾਂ ਤੋਂ ਅੰਮ੍ਰਿਤਪਾਨ ਕਰਕੇ ਸਿੰਘ ਸੱਜ ਗਏ। ਇਸ ਦਿਨ ਨੂੰ ਸਿੱਖ ਪੰਥ ਖਾਲਸਾ ਸਾਜਨਾ ਦਿਵਸ ਦੇ ਤੌਰ 'ਤੇ ਹਰ ਸਾਲ ਮਨਾਉਂਦਾ ਹੈ। ਵਿਸਾਖੀ ਦੇ ਮੌਕੇ 'ਤੇ ਲੱਖਾਂ ਸ਼ਰਧਾਲੂ ਹਰਿਮੰਦਰ ਸਾਹਿਬ ਗੋਲਡਨ ਟੈਂਪਲ ਪਹੁੰਚੇ ਅਤੇ ਪਵਿੱਤਰ ਸਰੋਵਰ ਦੇ ਵਿੱਚ ਡੁਬਕੀ ਲਗਾ ਕੇ ਵਾਹਿਗੁਰੂ ਦੇ ਸਾਹਮਣੇ ਨਤਮਸਤਕ ਹੋਏ। ਇਸ ਮੌਕੇ ਸ਼ਰਧਾਲੂਆਂ ਨੇ ਗੁਰਬਾਣੀ ਸਰਵਣ ਕੀਤੀ ਅਤੇ ਸ਼ਰਧਾਲੂਆਂ ਨੇ ਸਿੱਖ ਪੰਥ ਦੀ ਚੜ੍ਹਦੀ ਕਲਾ ਅਤੇ ਦੇਸ਼ ਦੁਨੀਆ ਦੇ ਵਿੱਚ ਅਮਨ ਸ਼ਾਂਤੀ ਦੀ ਬਹਾਲੀ ਲਈ ਅਰਦਾਸ ਕੀਤੀ। ਇਹ ਬਹੁਤ ਕਰਮ ਵਡਭਾਗੇ ਨੇ ਜਿਹੜੀ ਸੰਗਤ ਇੱਥੇ ਆਉਂਦੀ ਹੈ, ਬਹੁਤ ਮਤਲਬ ਉਹਨਾਂ ਦੀ ਇਹ ਪਿਛਲੇ ਜਨਮ ਨੇ ਦੇ ਕਰਮ ਨੇ ਜਿਹੜੇ ਅੱਜ ਇੱਥੇ ਦਿਹਾੜੇ ਇਸ ਵਿਸਾਖੀ ਵਾਲੇ ਦਿਨ ਇਕੱਠੇ ਹੁੰਦੇ ਨੇ ਅਤੇ ਮਹਾਰਾਜ ਜੀ ਉਹਨਾਂ ਦਾ ਆਨੰਦ ਮਾਣਦੇ ਨੇ ਆਣ ਕੇ ਹਰਿਮੰਦਰ ਸਾਹਿਬ ਜੀ ਦਾ, ਸੰਗਤਾਂ ਦਾ, ਗੁਰੂ ਮਹਾਰਾਜ ਜੀ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਸ ਕਰਦੀਆਂ ਸੰਗਤਾਂ। ਇਹ ਖੁਸ਼ੀਆਂ ਲੈ ਕੇ ਅੱਜ ਦੇ ਦਿਨ ਤਾਂ ਘਰ ਜਾਂਦੀਆਂ ਨੇ ਅਤੇ ਅੱਜ ਦੇ ਦਿਨ ਅੰਮ੍ਰਿਤ ਅੱਜ ਇੱਥੇ ਵੀ ਸੰਚਾਰ ਹੁੰਦਾ ਅਕਾਲ ਤਖ਼ਤ 'ਤੇ, ਉਹ ਫਿਰ ਅੰਮ੍ਰਿਤ ਅੱਜ ਸਿੰਘ ਜਿਹੜੇ ਆਉਂਦੇ ਨੇ ਉਹਨਾਂ ਨੂੰ ਫਿਰ ਅੰਮ੍ਰਿਤ ਛਕਾਉਂਦੇ ਨੇ, ਜਿਨ੍ਹਾਂ ਦੇ ਕਰਮ ਚੰਗੇ ਹੁੰਦੇ ਨੇ ਉਹ ਬਾਬਾ ਜੀ ਦੇ ਫਿਰ ਸਿੰਘ ਬਣ ਜਾਂਦੇ ਨੇ ਅੱਜ ਦੇ ਦਿਨ। ਗੁਰੂ ਗੋਬਿੰਦ ਸਿੰਘ ਜੀ ਨੂੰ ਨਮਸਤਕ ਭੇਂਟ ਕੀਤਾ ਜੀ। ਗੁਰੂ ਰਾਮਦਾਸ ਜੀ ਦੇ ਗੁਰੂ ਚਰਨਾਂ ਵਿੱਚ ਆਏ ਹਾਂ। ਸੱਚੇ ਪਾਤਸ਼ਾਹ ਕਿਰਪਾ ਕਰੇ, ਸਾਰੀਆਂ ਸੰਗਤਾਂ ਦੀ ਹਾਜ਼ਰੀ ਦਾ ਪ੍ਰਵਾਨ ਕਰੇ, ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰੇ। ਅੱਜ ਦੇ ਦਿਨ ਖਾਲਸਾ ਪੰਥ ਦਾ ਜਨਮ ਹੋਇਆ ਸੀ ਅਤੇ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਔਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਸੰਗਤਾਂ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਵਿੱਚ ਅੱਜ ਨਤਮਸਤਕ ਹੋ ਗਏ ਅਤੇ ਆਪਣੇ ਜੀਵਨ ਨੂੰ ਸਫਲਾ ਕਰ ਰਹੀਆਂ ਨੇ। ਮੈਂ ਉਹਨਾਂ ਵੀਰਾਂ ਨੂੰ ਜਿਨ੍ਹਾਂ ਨੇ ਅੱਜ ਤੱਕ ਅੰਮ੍ਰਿਤ ਨਹੀਂ ਛਕਿਆ, ਗੁਰੂ ਵਾਲੇ ਨਹੀਂ ਬਣੇ, ਬਾਣੀ ਅਤੇ ਬਾਣੇ ਨਾਲ ਨਹੀਂ ਜੁੜੇ, ਉਹਨਾਂ ਸਾਰੇ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਹੈ ਕਿ ਉਹ ਅੰਮ੍ਰਿਤ ਛਕਣ, ਗੁਰੂ ਵਾਲੇ ਬਣਨ, ਬਾਣੀ ਅਤੇ ਬਾਣੇ ਵਿੱਚ ਪਰਪੱਕ ਰਹਿਣ, ਅਨੰਦਪੁਰ ਸਾਹਿਬ ਦੇ ਵਾਸੀ ਬਣਨ ਔਰ ਸਾਰੇ ਖਾਲਸਾ ਪੰਥ ਨੂੰ ਅੱਜ ਖਾਲਸਾ ਪੰਥ ਦੇ ਜਨਮ ਦਿਨ 'ਤੇ ਮੈਂ ਲੱਖ ਲੱਖ ਵਧਾਈ ਜਿਹੜੀ ਆ ਉਹ ਪੇਸ਼ ਕਰਦਾ ਹਾਂ। ਬਿਊਰੋ ਰਿਪੋਰਟ, ਗਲੋਬਲ ਪੰਜਾਬ ਟੀਵੀ।